ਲਾਈਟਾਂ ਲਿਆਉਂਦੇ ਸੀ ਆਪਾਂ ਨੇ ਆਹ ਲੈ ਕੇ ਆਏ ਹਾਂ। ਇਹ ਸਾਰੀ ਮੈਟਲ ਬੋਡੀ ਆ, ਫੁੱਲ ਹੈਵੀ ਦੇ ਵਿੱਚ ਲਾਈਟ ਨੇ ਅਤੇ 5 ਤੋਂ 6 ਆਪਸ਼ਨਾਂ ਨੇ ਜੋ ਚੀਜ਼ਾਂ ਚੱਲਦੀ ਆ। ਬਾਈ ਬਾਬੇ ਵਾ ਬਾਰ ਲਾਈਟ ਥੱਲੇ ਵਾਲੀ ਬੰਦ ਕਰਤੀ, ਇਹਦੇ ਮੋੜ ਦੇਖੋ ਅਤੇ ਨਾਲੇ ਲਾਈਟ ਦੇਖੋ। ਲਓ ਜੀ ਦੇਖੋ ਚੜ੍ਹਨਾ ਬਾਰ ਲਾਈਟ ਦਾ ਥੱਲੇ ਲਾਈ ਜਿਹੜੀ ਆਪਾਂ ਨੇ। ਲਓ ਜੀ ਕਿਹਨਾਂ ਦੇਖੋ, ਇਹ 84 ਲਾਈਟ ਦੀ ਸਾਰੀ ਕਨੈਕਸ਼ਨ ਹੋ ਗਈ, ਆਹ ਲਾਈਟਾਂ ਚੱਲਦੀਆਂ ਨੇ ਠੀਕ ਆ, ਅਤੇ ਆਹ ਵਿੱਚ ਲਾਈਆਂ ਵੀ ਨੇ ਆਪਣੇ। ਇਹ ਹੋ ਗਿਆ ਸਿੰਪਲ, ਤੁਸੀਂ ਚੈੱਕ ਕਰ ਸਕਦੇ ਹੋ ਵੀ ਲਾਈਟ ਕਿੰਨੀ ਤੇਜ਼ ਆ। ਇਹ ਤਾਂ ਕੰਧਾਂ ਨਹੀਂ, ਬਹੁਤ ਦੂਰ ਤੱਕ ਲਾਈਟ ਜਾਂਦੀ। ਹਾਂਜੀ ਬਾਬੇ, ਆਪਾਂ ਉਹ ਟਰੈਕਟਰ ਕੱਢਤਾ ਸੀ ਬਾਹਰ ਅਤੇ ਇਹਦਾ ਅੱਜ ਕੰਮ ਕਰਨਾ ਹੈ। ਇਹਦੇ ਬਾਹਰ ਲਾਈਟ ਤਾਂ ਮੈਂ ਖੋਲ ਲਈ ਸੀ ਅਤੇ ਬਾਕੀ ਜਿਹੜੀਆਂ ਫਰਸ਼ 'ਤੇ ਲਾਈਟਾਂ ਵੱਜਦੀਆਂ ਨੇ ਉਹ 84 ਲਾਈਟ ਅਤੇ ਮਗਰਾਟਾਂ 'ਚ ਲਾਈਟ, ਉਹ ਸਾਰਿਆਂ ਦੀ ਵਾਇਰਿੰਗ ਵੂਰਿੰਗ 'ਚ ਹਿੱਲੀ ਪਈ ਆ, ਉਹ ਸੈੱਟ ਕਰਨੀ ਆ। ਅਤੇ ਇਹਦੇ ਆਪਾਂ ਨੇ ਜਿਹੜੀ ਉਹ ਬਾਹਰ ਲਾਈਟ ਸੀ ਉਹ ਮੈਂ ਵੀਡੀਓ ਬਣਾਉਣੀ ਭੁੱਲ ਗਿਆ, ਉਹ ਆਪਾਂ ਨੇ ਕਰਤੀ ਉਰੇ ਨੀਚੇ ਫਿੱਟ ਠੀਕ ਆ ਜੀ। ਅਤੇ ਇਹਦੇ ਲਈ ਆਪਾਂ ਇੱਕ ਹੋਰ ਨਵੀਂ ਚੀਜ਼ ਲੈ ਕੇ ਆਏ ਹਾਂ ਜਿਹੜੀਆਂ ਉੱਥੇ ਲਾਉਣੀਆਂ ਨੇ ਲਾਈਟਾਂ। ਬੜੀ ਘੈਂਟ ਚੀਜ਼ ਆ ਅਤੇ ਬਹੁਤ ਵਧੀਆ ਉਹਦੇ ਫੀਚਰ ਨੇ ਅਤੇ ਲਾਈਟ ਇੰਨੀ ਆ ਹੱਦ ਤੋਂ ਪਰੇ। ਇੱਕ ਆਪਾਂ ਤਾਸਲੇ ਨੀਚੇ ਲਾਈਏ ਬਾਹਰ ਲਾਈਟ, ਜੇ ਉੱਪਰ ਆਪਾਂ ਲਾਈ ਹੁੰਦੀ ਆ ਨਾ ਜਿਵੇਂ ਰੋਡ 'ਤੇ ਚੱਲਦੇ ਹਾਂ ਤਾਂ ਲੋਕਾਂ ਦੇ ਅੱਖਾਂ 'ਚ ਬਹੁਤ ਪੈਂਦੀ ਆ, ਅਤੇ ਕੋਈ ਵੀ ਆ ਚਾਹੇ ਆਪਾਂ ਵੀ ਹੋਈਏ ਆਪਣੇ ਵੀ ਮਤਲਬ ਦੂਰੋਂ ਕੋਈ ਲਾਈ ਆਉਂਦਾ ਹੋਵੇ ਆਪਣੀ ਅੱਖਾਂ 'ਚ ਪੈਂਦੀ ਆ, ਤਾਂ ਕਰਕੇ ਬਾਹਰ ਲਾਈਟ ਉੱਪਰੋਂ ਖੋਲ੍ਹ ਕੇ ਥੱਲੇ ਲਾਈ ਆ। ਕਿਉਂਕਿ ਬਾਹਰ ਲਾਈਟ ਆਪਾਂ ਵੱਧ ਕੰਮ ਲੈਂਦੇ ਹਾਂ, ਉਹ ਜਿਹੜੀ ਲਾਈਟਾਂ ਲਾਵਾਂਗੇ ਉਹ ਆਪਾਂ ਖੇਤਾਂ 'ਚ ਚਲਾਉਣ ਨਹੀਂ ਲਾਉਣੀਆਂ, ਰੋਡ 'ਤੇ ਨਹੀਂ ਉਹ ਚਲਾਉਣੀਆਂ ਲਾਈਟਾਂ, ਸਗੋਂ ਉਹ ਵੱਧ ਤੇਜ਼ ਨੇ ਪਰ ਉਹ ਸਿਰਫ ਆਪਾਂ ਖੇਤ ਲਈ ਰੱਖਣੀਆਂ ਨੇ, ਉਹ ਫਿਟਿੰਗ ਕਰਦੇ ਹਾਂ। ਇਹ ਬਾਹਰ ਲਾਈਟ ਦੀ ਫਿਟਿੰਗ ਹੋ ਗਈ ਠੀਕ ਆ ਜੀ, ਹਲੇ ਟੈਂਪਰੇਲੀ ਉਹ ਕਰੀ ਨੇ, ਪੱਤੀਆਂ ਪੱਤੀਆਂ ਲਾ ਕੇ ਇਹਨੂੰ ਫਿੱਟ ਕਰ ਲਈਏ ਅਤੇ ਕਨੈਕਸ਼ਨ ਕਰ ਲਈਏ ਠੀਕ ਆ ਸਾਰੇ, ਫਿਰ ਤੁਹਾਨੂੰ ਅੱਗੇ ਦਿਖਾਉਂਦੇ ਹਾਂ। ਅਤੇ ਉੱਥੇ ਉਹਨੂੰ ਮੈਂ ਫਿੱਟ ਕਰ ਦਿੰਦਾ ਨੂੰ ਲਿਆ ਕੇ ਦਿਖਾਉਣਾ ਅੰਦਰ ਪਈਆਂ ਨੇ ਲਾਈਟਾਂ ਵੀ ਕੀ ਚੀਜ਼ ਆ। ਲਾਈਟਾਂ ਲਿਆਉਂਦੇ ਸੀ ਆਪਾਂ ਨੇ ਆਹ ਲੈ ਕੇ ਆਏ ਹਾਂ, ਇਹ ਸਾਰੀ ਮੈਟਲ ਬੋਡੀ ਆ, ਫੁੱਲ ਹੈਵੀ ਦੇ ਵਿੱਚ ਲਾਈਟ ਨੇ, ਮਤਲਬ ਸਭ ਤੋਂ ਟੋਪ 'ਤੇ, ਇੱਦਾਂ ਉੱਪਰ ਹੈਵੀ ਨਹੀਂ ਹੈਗੀਆਂ। ਸਸਤੀਆਂ ਬਹੁਤ ਹੀ, ਪਰ ਆਪਾਂ ਸਸਤੀਆਂ ਲਈਆਂ ਨਹੀਂ, ਉਹ ਚੱਲਦੀਆਂ ਨਹੀਂ ਹੈਗੀਆਂ। ਅਤੇ ਆਪਾਂ 2 ਲਾਈਟਾਂ ਲੈ ਕੇ ਆਏ ਹਾਂ ਠੀਕ ਆ ਜੀ। ਅਤੇ ਇਹਦੇ ਵਿੱਚ ਇੱਕ ਤਾਂ ਹੋ ਗਿਆ ਮਤਲਬ ਪਾਰਕਿੰਗ ਰੈੱਡ ਕਲਰ ਦੀ ਠੀਕ ਆ, ਇੱਕ ਹੋ ਗਿਆ ਯੈਲੋ ਕਲਰ ਅਤੇ ਇੱਕ ਹੋ ਗਿਆ ਵਾਈਟ ਕਲਰ, ਅਤੇ 5 ਤੋਂ 6 ਆਪਸ਼ਨਾਂ ਨੇ ਜੋ ਚੀਜ਼ਾਂ ਚੱਲਦੀ ਆ। ਅਤੇ ਹੁਣ ਆਪਾਂ ਇਹਦੀ ਸਾਰੀ ਵਾਇਰਿੰਗ ਵੂਰਿੰਗ ਕਰ ਲਈਏ, ਫਿਰ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਫੀਟਿੰਗ, ਅਤੇ ਨਾਲੇ ਮਾੜੀ ਰਾਤ ਹੋ ਜੂਗੀ ਅਤੇ ਨਾਲੇ ਇਹਦੀ ਲਾਈਟ ਦਿਖਾਉਂਦੇ ਹਾਂ ਕਿੰਨੀ ਕੁ ਤੇਜ਼ ਆ। ਹੁਣ ਆਹ ਫਿੱਟ ਕਰ ਲਈਏ ਫਿਰ ਮਿਲਦੇ ਹਾਂ। ਅਤੇ ਆਪਾਂ ਨੇ ਕਈ ਕੰਮ ਹੁਣ ਕਰਨੇ ਨੇ, ਇੱਕ ਤਾਂ ਇਹਦੇ ਬੈਕ 'ਤੇ ਬਕਸਾ ਟੁੱਟ ਗਿਆ ਸੀ ਪੰਪ ਨਾਲ, ਅਤੇ ਇਹਦੇ ਆਪਾਂ ਨੇ ਪਿੱਛੇ ਸਿੱਧੂ ਮੂਸੇਵਾਲੇ ਦੀ ਫੋਟੋ ਲਵਾਉਣੀ ਆ, ਉਹ ਫਰੇਮ ਬਣਨੀ ਦਿੱਤੀ ਹੋਈ ਆ। ਅਤੇ ਇੱਕ ਇਹਦਾ ਆਪਾਂ ਸਟੇਅਰਿੰਗ ਚੇਂਜ ਕਰਨਾ, ਸਟੇਅਰਿੰਗ ਨਵਾਂ ਲਿਆਉਂਦਾ ਆ, ਇਹ ਵੀ ਚੇਂਜ ਕਰਨਾ, ਅਤੇ ਉਹ ਆਪਾਂ ਅਗਲੀਆਂ ਵੀਡੀਓ 'ਚ ਕਰਾਂਗੇ। ਅਤੇ ਅੱਜ ਜੇ ਆਪਾਂ ਲਾਈਟਾਂ ਫਿੱਟ ਕਰਕੇ ਤੁਹਾਨੂੰ ਦਿਖਾਉਣੀਆਂ ਨੇ ਅਤੇ ਲਾਈਟਾਂ ਦੀ ਕਿੰਨੀਆਂ ਟੋਟਲ ਸਾਰਾ ਕੁਝ ਦਿਖਾਉਂਦੇ ਹਾਂ। ਕਹਿੰਦਾ ਜਿਹੜੀ ਲਾਈਟਾਂ ਨੇ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ, ਅਤੇ ਇਹ ਆਪਾਂ ਜਿਹੜੇ ਮੈਟਲ ਦੇ ਵਿੱਚ ਨੇ ਤੁਸੀਂ ਚੈੱਕ ਕਰ ਸਕਦੇ ਹੋ ਬੋਡੀਆਂ ਨੂੰ, ਫੁੱਲ ਮੈਟਲ ਦੇ ਵਿੱਚ ਬੋਡੀ ਆ ਦੀ, ਅਤੇ ਸਸਤੀਆਂ ਵੀ ਆਉਂਦੀਆਂ ਨੇ। ਉਹਦੀ ਬੋਡੀ ਜਿਹੜੀ ਆ ਪਲਾਸਟਿਕ ਦੀ ਹੁੰਦੀ ਆ, ਉਹ 6 ਦੀ ਟੁੱਟ ਜਾਂਦੀਆਂ ਨੇ, ਅਤੇ ਨਾਲੇ ਲਾਈਟ ਦੀ ਕੁਆਲਿਟੀ ਇੰਨੀ ਨਹੀਂ ਹੁੰਦੀ ਜਿੰਨੀ ਇਹਦੀ ਲਾਈਟ ਦੀ ਕੁਆਲਿਟੀ ਆ, ਅਤੇ ਕਾਫੀ ਲੰਬਾ ਟਾਈਮ ਚੱਲ ਜਾਂਦੀਆਂ ਨੇ, ਉਹ ਛੇਤੀ ਖਰਾਬ ਹੋ ਜਾਂਦੀਆਂ ਨੇ। ਬੋਡੀ ਸਾਰੀ ਪਲਾਸਟਿਕ ਦੀ ਆ, ਅਤੇ ਉਹਨਾਂ ਦੀ ਲਾਈਟ ਵੀ ਇਹਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਹੁੰਦੀ ਆ, ਕਿਉਂਕਿ ਜੇ ਆਪਾਂ ਵਧੀਆ ਚੀਜ਼ ਲੈਂਦੇ ਹਾਂ ਤਾਂ ਉਹਦੇ ਵਿੱਚ ਜੋ ਸਮਾਨ ਆ ਸਾਰਾ ਉਹ ਵੀ ਵਧੀਆ ਹੋਊਗਾ, ਅਤੇ ਉਹਦੀ ਕੁਆਲਿਟੀ ਵਧੀਆ ਹੋਊ ਤਾਂ ਉਹ ਚੱਲੂਗੀ। ਇਹਨਾਂ ਜਿਵੇਂ ਮਰਜ਼ੀ ਤੁਸੀਂ ਦਿਨ ਰਾਤ ਚਲਾਈ ਚਲੋ, ਕੋਈ ਫਰਕ ਨਹੀਂ ਠੀਕ ਆ ਜੀ। ਪੂਰੀ ਹੈਵੀ ਫਰੇਮ ਆ, ਉਹਨਾਂ ਦੀ ਬੋਡੀ ਸਾਰੀ ਪਲਾਸਟਿਕ ਦੀ ਹੁੰਦੀ ਆ, ਉਈਂ ਕਰੈਕ ਹੋ ਜਾਂਦੀ ਆ, ਸਾਰੀ ਬੋਡੀ ਲੋਹੇ ਦੀ ਐਨ ਪੂਰੀ ਹੈਵੀ 'ਚ। ਹੁਣ ਆਪਾਂ ਇਹਨੂੰ ਫਿੱਟ ਕਰ ਦਈਏ, ਇੱਕ ਤਾਂ ਇੱਧਰ ਆਪਾਂ ਲਾ ਤੀ ਠੀਕ ਆ, ਟੈਂਪਰੇਰੀ ਲਾਈਏ ਇਹਨੂੰ ਟਾਈਟ ਕਰਾਂਗੇ, ਇੱਕ ਹੋਰੇ ਲੱਗ ਜਾਣੀ ਆ, ਫਿਰ ਤੁਹਾਨੂੰ ਦਿਖਾਉਂਦੇ ਹਾਂ ਜੀ। ਮਿੱਤਰੋ ਆਪਾਂ ਨੇ ਨਾ ਲਾਈਟਾਂ ਕਰਤੀਆਂ ਫਿੱਟ ਇਹਦੇ 'ਤੇ ਠੀਕ ਆ, ਅਤੇ ਇਹਦੀ ਆਪਾਂ ਹੁਣ ਬਾਹਰ ਲਾਈਟ ਦਾ ਕਨੈਕਸ਼ਨ ਕਰ ਲੈਂਦੇ ਹਾਂ।
ਤੇ ਚੱਲਦੇ ਆ ਆਪਣੀ ਵਰਕਸ਼ਾਪ ਰਾਹਲ ਐਗਰੀ ਵਰਕਸ ਤੇ, ਕਿਉਂਕਿ ਇਹਦੇ ਜਿਹੜੇ ਨਟ ਨੇ ਉਹ ਹੈਗੇ ਨੇ ਵੀਰੇ ਓਏ ਸੌਰੀ ਫੋਨ ਡਿੱਗ ਗਿਆ ਸੀ ਉਹਦੇ ਵੇਲੇ ਯਾਰ, ਕੀ ਕਹਿੰਦੇ ਹੁੰਦੇ ਨੇ ਇੱਕ ਤਾਂ ਚਾਬੀ ਨਾ ਦੱਸੇ ਆਉਂਦੇ ਨੇ ਕੀ ਚੀਜ਼ ਹੁੰਦੀ ਆ, ਮੈਂ ਦਿਮਾਗ 'ਚੋਂ ਨਿਕਲ ਗਈ, ਉਹ ਟਾਈਟ ਕਰਾ ਕੇ ਲਿਆਉਣੇ ਨੇ ਅਤੇ ਉਹਦਾ ਥਰੋ ਨਾਲ ਸੈੱਟ ਕਰਾ ਕੇ ਲਿਆਉਣਾ ਵੀ ਬਾਹਲਾ ਉੱਚਾ ਵੀ ਨਾ ਜਾਵੇ ਅਤੇ ਬਾਹਲਾ ਨੀਵਾਂ ਵੀ ਨਾ ਜਾਵੇ, ਅਤੇ ਆਪਾਂ ਦੁਕਾਨ 'ਤੇ ਚੱਲਦੇ ਹਾਂ ਇਹਦਾ ਕਨੈਕਸ਼ਨ ਕਰ ਲਈਏ। ਆਓ ਜੀ ਕਿਹਾ ਦੇਖੋ ਇਹ 84 ਲਾਈਟ ਦੀ ਸਾਰੀ ਕਨੈਕਸ਼ਨ ਹੋ ਗਈ ਅਤੇ ਆਪਾਂ ਵਾਇਰ ਲਾਈਟ ਦਾ ਪੂਰੀ ਕਨੈਕਸ਼ਨ ਕਰ ਦੇਣਾ ਵੀ ਇਹਨਾਂ ਦੇ ਨਾਲ ਲਾਈਟ ਚੱਲੇ, ਠੀਕ ਹੈ ਜਦੋਂ ਇਹ ਚੱਲਿਆ ਕਰਨੀ ਹੈ ਜਦੋਂ ਉਦੋਂ ਹੀ ਵਾਇਰ ਲਾਈਟ ਚੱਲ ਜਾਇਆ ਕਰੂਗੀ ਅਤੇ ਇਹਦਾ ਅਲੱਗ ਕਨੈਕਸ਼ਨ ਕਰਿਆ ਹੋਇਆ, ਠੀਕ ਹੈ ਜੀ। ਅਤੇ ਜਿਹੜੀਆਂ ਮੰਗਰਾਟਾਂ ਲੱਗੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾ ਦਈਏ, ਸੋਰੀ ਸੋਰੀ ਸੋ ਚਲਾਉਣੀ ਪੈਣੀ ਆ ਇੱਕ ਮਿੰਟ, ਚਾਬੀ ਮਿੱਤਰੋ ਸ਼ੋਅ ਚਲਾਈ ਗਈ ਯਾਰ, ਸ਼ੋਅ 'ਚ ਵੀ ਨਹੀਂ ਆ ਪਈ ਆ ਚਾਬੀ, ਆਪਾਂ ਲੌਕ ਲਾ ਲਈਏ, ਸੋਰੀ ਸੁੱਚ ਲਾ ਲਈਏ, ਲਓ ਜੀ ਆਹ ਲਾਈਟਾਂ ਚੱਲਦੀਆਂ ਨੇ, ਠੀਕ ਆ ਅਤੇ ਆ ਵਿੱਚ ਲਾਈਆਂ ਵੀ ਨੇ ਆਪਣੇ, ਸਾਰੇ ਆਣ ਪੂਰੀ ਗੱਲ ਬਣਾਈ ਪਈ ਆ ਮਿੱਤਰੋ, ਲਓ ਜੀ। ਅਤੇ ਹੁਣ ਆਪਾਂ ਕਨੈਕਸ਼ਨ ਕਰ ਲਈਏ, ਕਨੈਕਸ਼ਨ ਕਰਕੇ ਚੱਲ ਕੇ ਚੱਲਦੇ ਹਾਂ ਵਰਕਸ਼ਾਪ, ਵਰਕਸ਼ਾਪ 'ਤੇ ਜਾ ਕੇ ਮਿਲਦੇ ਹਾਂ। ਲਓ ਜੀ ਦੇਖੋ ਚੜਨਾ ਬਾਹਰ ਲਾਈਟ ਦਾ ਥੱਲੇ ਲਾਈ ਜਿਹੜੀ ਆਪਾਂ ਨੇ, ਬਹੁਤ ਚੜਨਾ ਬਾਈ ਬਾਬੇ, ਆਪਾਂ ਬਾਹਰ ਲਾਈਟ ਥੱਲੇ ਵਾਲੀ ਬੰਦ ਕਰਤੀ, ਇਹਦੇ ਮੋੜ ਦੇਖੋ ਅਤੇ ਨਾਲੇ ਲਾਈਟ ਦੇਖੋ, ਇੱਕ ਨੰਬਰ, ਦੋ ਨੰਬਰ, ਤਿੰਨ ਨੰਬਰ ਅਤੇ ਚਾਰ ਨੰਬਰ, ਬਹੁਤ ਜ਼ਿਆਦਾ ਲਾਈਟ ਆ। ਆਪਾਂ ਥੋੜ੍ਹੀਆਂ ਨੀਵੀਆਂ ਰੱਖੀਆਂ ਨੇ ਵੀ ਗਾਂਹ ਵਾਲੇ ਬੰਦੇ ਦੇ ਅੱਖਾਂ 'ਚ ਨਾ ਪਵੇ ਲਾਈਟ, ਉਸ ਕਰਕੇ ਆਪਾਂ ਥੋੜ੍ਹਾ ਥਰੋ ਇਹਦਾ ਨੀਮ ਰੱਖਿਆ ਹੋਇਆ, ਸਿੱਧੀ ਲੇਜ਼ਰ ਲਾਈਟ ਹੈ, ਇਹਨੇ ਸਿੱਧਾ ਹੀ ਪੈਣਾ ਨਾ ਕਿ ਆਲੇ ਦੁਆਲੇ ਨੂੰ ਪੈਣਾ, ਦੇਖੋ ਫਿਰ ਆਪ ਆਪਾਂ ਘਰ ਪਹੁੰਚ ਗਏ ਸੀ ਅਤੇ ਆਹ ਬਾਹਰ ਲਾਈਟ ਦਾ ਲਾਈਟ ਆ ਦੇਖੋ, ਇਹਨੂੰ ਆਪਾਂ ਬੰਦ ਕਰ ਦਿੰਦੇ ਹਾਂ ਅਤੇ ਹੁਣ ਤੁਹਾਨੂੰ ਆਪਾਂ ਆਹ ਦਿਖਾਉਂਦੇ ਜਿਹੜੀਆਂ ਆਪਾਂ ਲਾਈਟਾਂ ਲਾਈਆਂ ਨੇ, ਕਰੋ ਚੈੱਕ ਜੀ, ਇਹ ਹੋ ਗਿਆ ਵਾਈਟ ਕਲਰ ਇਕੱਲਾ, ਇਹ ਹੋ ਗਿਆ ਯੈਲੋ ਕਲਰ ਇਕੱਲਾ, ਇਹ ਹੋ ਗਿਆ ਬਲਿੰਕ ਦੋਨੇ ਕਲਰ, ਅਤੇ ਇਹ ਹੋ ਗਿਆ ਸਿੰਪਲ। ਤੁਸੀਂ ਚੈੱਕ ਕਰ ਸਕਦੇ ਹੋ ਵੀ ਲਾਈਟ ਕਿੰਨੀ ਤੇਜ਼ ਆ, ਇਹ ਤਾਂ ਕੰਨ ਦਾ ਨਹੀਂ ਬਹੁਤ ਦੂਰ ਤੱਕ ਲਾਈਟ ਜਾਂਦੀ ਆ, ਬਹੁਤ ਵਧੀਆ ਚੀਜ਼ ਆ, ਦੇਖਣ ਨੂੰ ਛੋਟੀਆਂ ਨੇ ਪਰ ਕੰਮ ਇਹ ਬਹੁਤ ਸਿਰੇ ਦਾ ਕਰਦੀਆਂ ਨੇ, ਠੀਕ ਹੈ ਜੀ। ਅਤੇ ਇੱਕ ਅੱਜ ਪੰਗਾ ਪੈ ਗਿਆ ਸਟੀਅਰਿੰਗ ਦਾ, ਸਟੀਅਰਿੰਗ ਪੱਟ ਤਾਂ ਲਿਆ ਆਪਾਂ ਨੇ ਜਿਹੜਾ ਨਵਾਂ ਲਾਉਣਾ, ਅਤੇ ਜਿਹੜਾ ਫਿੱਟ ਕਰਨਾ ਉਹ ਫਿੱਟ ਨਹੀਂ ਆ ਰਿਹਾ, ਉਹਦੇ ਸਾਈਜ਼ ਦਾ ਥੋੜ੍ਹਾ ਫਰਕ ਆ, ਉਹਨੂੰ ਸਾਈਜ਼ ਆਪਾਂ ਕੱਲ੍ਹ ਨੂੰ ਦੇਖਦੇ ਹਾਂ, ਕਰਾ ਕੇ ਉਹਨੂੰ ਕੱਲ੍ਹ ਨੂੰ ਫਿੱਟ ਕਰਾਂਗੇ, ਠੀਕ ਹੈ ਜੀ। ਪੂਰੀ ਵੀਡੀਓ ਦੇਖਣ ਲਈ ਧੰਨਵਾਦ ਮਿੱਤਰੋ, ਅਤੇ ਆਪਾਂ ਇੱਦਾਂ ਹੀ ਮੋਡੀਫਿਕੇਸ਼ਨ ਆਪਣੇ ਟਰੈਕਟਰ ਦੀ ਵੀ ਕਰਦੇ ਰਹਿਣਾ, ਅਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਤੁਹਾਨੂੰ ਟਰੈਕਟਰ ਦੀ ਲੁੱਕ ਲੱਗੀ, ਅਤੇ ਜੇ ਸਬਸਕ੍ਰਾਈਬ ਨਹੀਂ ਕਰਿਆ ਵਾ ਮੇਰੇ ਭਰਾਵੋ ਜ਼ਰੂਰ ਚੈਨਲ ਸਬਸਕ੍ਰਾਈਬ ਕਰ ਲਿਓ, ਇੱਦਾਂ ਦੀਆਂ ਵੀਡੀਓ ਦੇਖਣ ਨੂੰ, ਅਤੇ ਸ਼ੇਅਰ ਕਰ ਦਿਓ ਕਿਸੇ ਭਰਾ ਦੇ ਕੰਮ ਆ ਜੂਗੀ, ਠੀਕ ਆ ਜੀ। ਦਿਲੋਂ ਰਿਸਪੈਕਟ ਆ ਜਿਹਨਾਂ ਦਾ ਚੈਨਲ ਸਬਸਕ੍ਰਾਈਬ ਆਪਣਾ ਕਰਿਆ ਵਾ, ਜਿਹੜੇ ਨਵੇਂ ਭਰਾ ਨੇ ਜ਼ਰੂਰ ਕਰ ਲਿਓ, ਠੀਕ ਆ ਜੀ। ਅਤੇ ਹੁਣ ਆਪਾਂ ਨਵੇਂ ਬਲੌਗ 'ਚ ਮਿਲਾਂਗੇ, ਟਰੈਕਟਰ ਦੀਆਂ ਮੋਡੀਫਿਕੇਸ਼ਨ ਦੇ ਕਈ ਬਲੌਗ ਆਪਾਂ ਪਾਉਣੇ ਨੇ, ਲਾਈਟ ਕਿੰਨੀ ਤੇਜ਼ ਆ ਦੀ ਦੇਖੋ, ਅਸੀਂ ਬਾਹਰ ਲਾਈਟ ਦਾ ਦਿਖਾਉਣ ਨੂੰ, ਬਾਹਰ ਲਾਈਟ ਨੀਵੀਂ ਆਪਾਂ ਤਾਂ ਲਾਈਏ ਵੀ ਰੋਡ 'ਤੇ ਥੱਲੇ ਜਾਣ ਨਾ ਜਾਵੇ, ਕਿਤੇ ਅੱਖਾਂ 'ਚ ਨਾ ਪਵੇ, ਉਹ ਆਪਾਂ ਸਿਰਫ
ਖੇਤਾਂ 'ਚ ਲਾਉਣੀਆਂ ਨੇ, ਰੋਡ 'ਤੇ ਕਦੇ ਨਹੀਂ ਲਾਉਣੀਆਂ ਕਿਉਂਕਿ ਉਹ ਲਾਈਟ ਅੱਖਾਂ 'ਚ ਬਹੁਤ ਪੈਂਦੀ ਆ। ਠੀਕ ਹੈ ਜੀ, ਅਤੇ ਬਾਹਰ ਦੀ ਫਿਟਿੰਗ ਬਹੁਤ ਵਧੀਆ ਹੋ ਗਈ, ਬਾਕੀ ਸਾਰੀਆਂ ਲਾਈਟਾਂ ਚਾਲੂ ਹੋ ਗਈਆਂ, ਅਤੇ ਇੱਕ ਦੋ ਕੰਮ ਵਿੱਚ ਰਹਿੰਦੇ ਹੁਣ ਮੈਟ ਲੈ ਕੇ ਆਉਣਾ, ਮੈਟ ਨਾ ਮੈਂ ਲਾਉਣਾ ਹੈ। ਠੀਕ ਹੈ ਜੀ, ਅਤੇ ਪਿੱਛੇ ਬਕਸੇ 'ਤੇ ਆਪਾਂ ਸਿੱਧੂ ਦੀ ਫੋਟੋ ਲਾ ਕੇ ਫਰੇਮ ਬਣਾ ਕੇ ਪੂਰਾ ਘੈਂਟ ਉਹ ਲਾਉਣਾ ਹੈ। ਠੀਕ ਆ, ਅਗਲੇ ਵਲੌਗਾਂ 'ਚ ਤੁਹਾਨੂੰ ਦੇਖਣ ਨੂੰ ਮਿਲੂਗਾ, ਅਤੇ ਇੱਕ ਵਾਰ ਜ਼ਰੂਰ ਦੱਸਿਓ ਟਰੈਕਟਰ ਤੁਹਾਨੂੰ ਕਿੱਦਾਂ ਲੱਗਿਆ।